हेलो डियर स्टूडेंट्स, गुड मॉर्निंग। पंजाबी पाठ पुस्तक सुनहरी बोली, एट्थ ग्रेड, लैसन नंबर थर्ड, रूहां बोलन रुखां दियां, जो कि मनमोहन सिंह दाऊ दी लिखी हुई है। आज आपां इस लेख बारे पढ़ांगे, ठीक है। आदि मनुख लई रुख पैदायक अते अनोखे प्राणी सन। मनुख सोचता है कि एक निक्के जहे बीज विचों वट अकारी रुख किमें पैदा हो जाता है। मनुख हैरान हुंदा है पतझड़ जां सियाल दी रुत्ते किमें सुकड़े हुए रुख बहार विच खिड़ उठते हैं। प्रकृति की यह किरिया उसनू समझना आउंदी, ये गल्लां उसनू करामातां लगदियां। ओ लोग समझते कि रुखां विच रूहां जां देवतियां दा वासा है। देखो बच्चों, पहला शब्द अर्थ पैदायक की हुंदा, बहुत ज्यादा डरावने। अनोखे की हुंदा, अजीब। बड अकारी, बहुत वड्डे। सुकड़े, सुक्के जहे। प्रकृति, साडी कुदरत। अते करामातां, हैरान करन वालियां गल्लां। अते वासा की हुंदा, रहण दी जगह। कहिंदे मनुख पैदायक, कहिंदे डरावने अते अनोखे वड्डे जीव प्राणी की कहिंदे ने रहिंदे सन, ठीक है। मनुख सोचता है कि एक निक्के जिहे बीज विच एक कहिंदे वड आकारी रुख किदां पैदा हो जांदा है। मनुख हैरान हुंदा है पतझड़ दी सियाल दे रुत्ते किवें सुक्के होए जिहड़े रुख ने फिर बहार दे विच की ने खिड उठदे हन। प्रकृति कुदरत दी इह किरिया कहिंदे उहनां नूं समझ नहीं आउंदी। इह गल्लां कहिंदे उस नूं की लगदियां ने, हैरान करन वालियां लगदियां ने, ठीक है। कहिंदे लोक समझदे ने कि रुखां ते की है, देवतियां दा वासा है, भाव की करदे ने देवते रहिंदे हन। यह ख्याल करके मनुख ने रुखां नूं पूजना शुरू कर दिता। कहिंदे मनुख ने की किया या फिर रुखां नूं पूजना, भाव उन्हां दी पूजा करनी शुरू कर दिती। इस करके वह रात समय रुखां नूं नहीं सी हिलाउंदे तां कि रुखां दी रूह विच विघन ना पै जावे। बच्चे विघन की हुंदा, रुकावट। कहिंदे हुण जिक सोचदे सी वी रात नूं जिहड़े इह रुख ने भाव जिहनूं देवते मंगदे सी वी इह आराम दी अवस्था विच ने, भाव सो रहे ने, इस करके कहिंदे उह उहनां नूं की आ हिलाउंदे नहीं सन, जगाउंदे नहीं सन। हुण भी सियाणे इह विचार रखदे हन कि रात नूं रुख बूटियां नूं छेड़ना नहीं चाहीदा। कहिंदे जिहड़े हुण दे लोक ने, कहिंदे साडे वड्डे वडेरे ने, उह वी इह सोचदे ने, कहिंदे जदों रात नूं रुख सो जांदे हन तां उहनां नूं सानूं की आ हिलाउणा नहीं चाहीदा। ਉਹ ਪੁਰਾਣੇ ਲੋਕ ਰੁੱਖ ਨੂੰ ਵੱਢਣ ਸਮੇਂ ਉਸ ਤੋਂ ਕੀ ਕਰਦੇ ਸੀ, ਮਾਫ਼ੀ ਮੰਗਦੇ ਸੀ। ਕਹਿੰਦੇ ਰੁੱਖ ਨੂੰ ਵੱਢਦੇ ਵੀ ਸੀਗੇ, ਠੀਕ ਹੈ, ਆਪਣੀ ਵਰਤੋਂ ਲਈ, ਪਰ ਕੀ ਕਰਦੇ ਸੀ, ਉਸ ਰੁੱਖ ਤੋਂ ਹੱਥ ਜੋੜ ਕੇ ਮਾਫ਼ੀ ਵੀ ਮੰਗਦੇ ਸਨ, ਕੋਈ ਅਰਦਾਸ ਜਾਂ ਮੰਤਰ ਵੀ ਪੜ੍ਹਦੇ ਸਨ, ਠੀਕ ਹੈ। ਅਰਦਾਸ ਹੋਣ ਦਾ ਭਾਵ ਬੇਨਤੀ ਕਰਦੇ ਸਨ। ਅਤੇ ਰੁੱਖ ਨੂੰ ਹਵਾ ਸਾਫ਼ ਕਰਨ ਵਾਲਾ ਕਿਹਾ ਜਾਂਦਾ ਹੈ। ਸੌਰੀ, ਇਹ ਵਿਸ਼ਵਾਸ ਹੁੰਦਾ ਸੀ ਕਿ ਹਰ ਰੁੱਖ ਦਾ ਆਪਣਾ ਇੱਕ ਖਾਸ ਕਿਰਦਾਰ ਅਤੇ ਇੱਕ ਖਾਸ ਗੁਣ ਹੁੰਦਾ ਹੈ। ਕਹਿੰਦੇ ਉੱਥੇ ਇੱਕ ਰੁੱਖ ਦੀ, ਹਰ ਇੱਕ ਰੁੱਖ ਦੀ ਆਪਣੀ ਇੱਕ ਖਾਸ ਕੀ ਹੁੰਦੀ ਹੈ, ਮਹੱਤਤਾ ਹੁੰਦੀ ਹੈ, ਗੁਣ ਹੁੰਦੀ ਹੈ, ਵਡਿਆਈ ਹੁੰਦੀ ਹੈ। ਇਸੇ ਕਰਕੇ ਨਿੰਮ ਦੇ ਰੁੱਖ ਨੂੰ ਕੀ ਆ, ਹਵਾ ਸਾਫ਼ ਕਰਨ ਵਾਲਾ ਕੀ ਕਿਹਾ ਜਾਂਦਾ ਹੈ, ਰੁੱਖ ਕਿਹਾ ਜਾਂਦਾ ਹੈ। ਉਸ ਵਿੱਚ ਦੇਵਤੇ ਦਾ ਵਾਸਾ ਮੰਨਿਆ ਜਾਂਦਾ ਹੈ, ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਂਦਾ। ਕਹਿੰਦੇ ਜਿਹੜੇ ਨਿੰਮ ਦਾ ਰੁੱਖ ਹੁੰਦਾ ਆ, ਕਹਿੰਦੇ ਤੁਹਾਨੂੰ ਪਤਾ ਹੀ ਆ ਵੀ ਇਹਦੇ ਵਿੱਚ ਬਹੁਤ ਸਾਰੇ ਕੁਦਰਤੀ ਗੁਣ ਹੁੰਦੇ ਹਨ। ਕਹਿੰਦੇ ਇਹ ਸਮਝਿਆ ਜਾਂਦਾ ਵੀ ਇਸ ਰੁੱਖ ਤੇ ਕੀ ਹੈ, ਦੇਵਤਿਆਂ ਦਾ ਭਾਵ ਰਹਿਣ ਸਥਾਨ ਹੈ। ਕਹਿੰਦੇ ਲੋਕਾਂ ਨੂੰ ਕੀ ਇਹ ਰੁੱਖ ਬਿਮਾਰੀਆਂ ਤੋਂ ਬਚਾਉਂਦਾ ਹੈ। ਰੁੱਖ ਬੁੱਚੇ ਰੋਗੀ ਬੱਚੇ ਉੱਪਰ ਨਿੰਮ ਦੀ ਟਾਹਣੀ ਘੁਮਾਈ ਜਾਂਦੀ ਹੈ। ਪਿੰਡਾਂ ਵਿੱਚ ਹੁਣ ਵੀ ਪੈਦਾ ਹੋਏ ਬੱਚੇ ਦੇ ਕਮਰੇ ਅੱਗੇ ਨਿੰਮ ਦੀਆਂ ਟਾਹਣੀਆਂ ਟੰਗੀਆਂ ਜਾਂਦੀਆਂ ਹਨ ਤਾਂ ਜੋ ਕਿਸੇ ਬੁਰੀ ਬਲਾ ਤੋਂ ਕੀ ਆ ਉਸ ਬੱਚੇ ਨੂੰ ਬਚਾਇਆ ਜਾ ਸਕੇ। ਕਹਿੰਦੇ ਨਿੰਮ ਦੇ ਰੁੱਖ ਦੀ ਬਹੁਤ ਜ਼ਿਆਦਾ ਮਹੱਤਤਾ ਹੁੰਦੀ ਹੈ। ਸਰੀਰ ਦੀ ਸ਼ੁੱਧਤਾ ਲਈ ਨਿੰਮ ਦੇ ਪੱਤਿਆਂ ਦਾ ਕੀ ਕੀਤਾ ਜਾਂਦਾ ਹੈ, ਪ੍ਰਯੋਗ ਕੀਤਾ ਜਾਂਦਾ ਹੈ, ਭਾਵ ਸਾਫ਼ ਸੁਥਰੀ ਸਫਾਈ ਲਈ ਅਤੇ ਫੋੜੇ ਫਿਨਸੀਆਂ ਤੋਂ ਵੀ ਕੀ ਨੇ ਇਸ ਰੁੱਖ ਦੇ ਪੱਤਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਨਿੰਮ ਦੇ ਪੱਤਿਆਂ ਨੂੰ ਸੁਕਾ ਕੇ ਅਨਾਜ ਅਤੇ ਭਾਂਡੇ ਅਤੇ ਕੱਪੜਿਆਂ ਦੀ ਸੰਭਾਲ ਕਰਨ ਲਈ ਕੀ ਹੈ, ਟਰੰਕ ਜਾਂ ਸੰਦੂਕ ਵਿੱਚ ਕੀ ਰੱਖਿਆ ਜਾਂਦਾ ਹੈ। ਕਹਿੰਦੇ ਨਿੰਮ ਦੇ ਪੱਤਿਆਂ ਨੂੰ ਸੁਕਾ ਕੇ ਕੀ ਕੀਤਾ ਜਾਂਦਾ ਹੈ, ਅਨਾਜ ਦੇ ਭਾਂਡਿਆਂ ਵਿੱਚ ਰੱਖਿਆ ਜਾਂਦਾ ਹੈ, ਉਹਨਾਂ ਦੀ ਸਾਫ਼ ਅਤੇ ਸੰਭਾਲ ਰੱਖਣ ਲਈ ਅਤੇ ਸਲਾਬ ਨਾ ਆਵੇ, ਇਸ ਕਰਕੇ ਵੀ ਇਸ ਨੂੰ ਵਰਤਿਆ ਜਾਂਦਾ ਹੈ। ਵਿਗਿਆਨ ਦੀ ਕਾਢ ਨੇ ਸਾਨੂੰ ਦੱਸ ਦਿੱਤਾ ਹੈ ਕਿ ਇਹਨਾਂ ਵਿਸ਼ਵਾਸਾਂ ਪਿੱਛੇ ਅਸਲ ਸੱਚਾਈ ਕੀ ਹੈ, ਕੋਈ ਹੋਰ ਹੀ ਹੈ। ਨਿੰਮ ਦਾ ਰੁੱਖ
ਹੋਰ ਰੁੱਖਾਂ ਨਾਲੋਂ ਕੀ ਹੈ ਬਥੇਰੇ ਹੀ ਆਕਸੀਜਨ ਛੱਡਦਾ ਹੈ ਇਸ ਕਰਕੇ ਸਾਡੇ ਆਲੇ ਦੁਆਲੇ ਦੀ ਜੋ ਕਿ ਹਵਾ ਹੈ ਉਹ ਕੀ ਹੁੰਦੀ ਹੈ ਸ਼ੁੱਧ ਹੁੰਦੀ ਹੈ ਕਹਿੰਦੇ ਬਾਕੀ ਦਰੱਖਤਾਂ ਨਾਲੋਂ ਭਾਵ ਤਾਂ ਨਿੰਮ ਦਾ ਰੁੱਖ ਹੈ ਉਹ ਕੀ ਕਰਦਾ ਹੈ ਜ਼ਿਆਦਾ ਆਕਸੀਜਨ ਛੱਡਦਾ ਹੈ ਜਿਸ ਕਰਕੇ ਸਾਡਾ ਵਾਤਾਵਰਣ ਸਾਫ਼ ਰਹਿੰਦਾ ਹੈ ਇਸ ਦੇ ਪੱਤੇ ਛਿੱਲ ਨਮੋਲੀਆਂ ਰਸ ਅਤੇ ਲੱਕੜ ਔਸ਼ਧੀ ਵਿਗਿਆਨ ਵਿੱਚ ਕੀ ਹੈ ਮਹੱਤਵਪੂਰਨ ਸਮਝੇ ਜਾਂਦੇ ਹਨ ਔਸ਼ਧੀ ਕੀ ਹੁੰਦੀ ਹੈ ਬੱਚੋ ਇੱਕ ਦਵਾਈ ਕਹਿੰਦੇ ਜਿਹੜੀ ਇਹਦੇ ਪੱਤੇ ਨੇ ਇਹਦੀਆਂ ਨਮੋਲੀਆਂ ਨੇ ਅਤੇ ਇਹਦੇ ਰਸ ਅਤੇ ਲੱਕੜ ਜਿਹੜੀ ਹੈਗੀ ਕੀ ਹੈ ਇੱਕ ਦਵਾਈਆਂ ਦੇ ਰੂਪ ਵਿੱਚ ਵਿਗਿਆਨ ਵਿੱਚ ਬਹੁਤ ਹੀ ਮਹੱਤਤਾ ਹੈ ਪੁਰਾਣੇ ਸਮੇਂ ਵਿੱਚ ਇਮਲੀ ਦਾ ਰੁੱਖ ਲੋਕਾਂ ਦਾ ਮਨਪਸੰਦ ਕੀ ਸੀ ਰੁੱਖ ਸੀ ਗਾਇਕ ਆਪਣੀ ਆਵਾਜ਼ ਨੂੰ ਰਸੀਲੀ ਬਣਾਉਣ ਲਈ ਕਰਦੇ ਸਨ ਇਮਲੀ ਦੇ ਪੱਤੇ ਚਬਾਉਂਦੇ ਸਨ ਭਾਵ ਖਾਂਦੇ ਸਨ ਇਮਲੀ ਦੇ ਰੁੱਖ ਵਿੱਚ ਰਹਿਣ ਵਾਲੀਆਂ ਰੂਹਾਂ ਕਹਿੰਦੇ ਖਤਰਨਾਕ ਸਮਝੀਆਂ ਜਾਂਦੀਆਂ ਜਿਹੜੀਆਂ ਇਸ ਰੁੱਖ ਤੇ ਰੂਹਾਂ ਰਹਿੰਦੀਆਂ ਸਨ ਉਹ ਬਹੁਤ ਹੀ ਜ਼ਿਆਦਾ ਖਤਰਨਾਕ ਸਮਝੀਆਂ ਜਾਂਦੀਆਂ ਸਨ ਇਸ ਕਰਕੇ ਇਮਲੀ ਦੇ ਰੁੱਖ ਥੱਲੇ ਸੋਣਾ ਕੀ ਹੈ ਸਿਆਣਪ ਨਹੀਂ ਸੀ ਸਮਝਿਆ ਜਾਂਦਾ ਅੱਗੇ ਹੈ ਇਹ ਅਫਵਾਹ ਹੁੰਦੀ ਸੀ ਕਿ ਥੱਲੇ ਸੌਣ ਵਾਲੇ ਨੂੰ ਜੀਵਤ ਨਹੀਂ ਰਹਿਣ ਦੇਵੇਗਾ ਕਹਿੰਦੇ ਜੋ ਧਰਤੀ ਤੇ ਖੁੰਚੇ ਸੌਂਦਾ ਸੀ ਕਹਿੰਦੇ ਕੀ ਹੈ ਉਸਨੂੰ ਜੀਵਤ ਨਹੀਂ ਰਹਿਣ ਦਿੱਤਾ ਜਾਵੇਗਾ ਕਹਿੰਦੇ ਚੰਪਾ ਦੇ ਰੁੱਖ ਵਿੱਚ ਰਹਿਣ ਵਾਲੀਆਂ ਰੂਹਾਂ ਕੀ ਹੈ ਦਇਆਵਾਨ ਸਮਝੀਆਂ ਜਾਂਦੀਆਂ ਸਨ ਠੀਕ ਹੈ ਕਹਿੰਦੇ ਚੰਪਾ ਦੇ ਰੁੱਖ ਤੇ ਜਿਹੜੀਆਂ ਰਹਿਣ ਵਾਲੀਆਂ ਰੂਹਾਂ ਨੇ ਕਹਿੰਦੇ ਕੀ ਨੇ ਉਹ ਦਇਆਵਾਨ ਭਾਵ ਕਿ ਤਰਸ ਕਰਨ ਵਾਲੀਆਂ ਰੂਹਾਂ ਸਮਝੀਆਂ ਜਾਂਦੀਆਂ ਸਨ ਇੱਕ ਪ੍ਰਸਿੱਧ ਪੀਰ ਦੀ ਮਜ਼ਾਰ ਦੇ ਨੇੜੇ ਚੰਪਾ ਦੇ ਇੱਕ ਪੁਰਾਣੇ ਰੁੱਖ ਨੂੰ ਵੰਗਾਂ ਕੱਚ ਦੀਆਂ ਲਟਕਾਈਆਂ ਜਾਂਦੀਆਂ ਸਨ ਕਹਿੰਦੇ ਠੀਕ ਹੈ ਕਹਿੰਦੇ ਵੰਗਾਂ ਲਟਕਾਈਆਂ ਜਾਂਦੀਆਂ ਸਨ ਬੱਚੇ ਦੀ ਕਹਿੰਦੇ ਸੁੱਖ ਮੰਗੀ ਜਾਂਦੀ ਹੈ ਲੋਕ ਇਹ ਆਸਥਾ ਰੱਖਦੇ ਹਨ ਭਾਵ ਇਹ ਵਿਸ਼ਵਾਸ ਰੱਖਦੇ ਹਨ ਕਿ ਚੰਪਾ ਦਾ ਜਿਹੜਾ ਰੁੱਖ ਆ ਇਹ ਪੀਰ ਕੋਲ ਵੰਗਾਂ ਖੋ ਕੇ ਆਪਣੀ ਟਹਿਣੀਆਂ ਨੂੰ ਕੀ ਕਰਦਾ ਹੈ ਪਹਿਨਾ ਦਿੰਦਾ ਹੈ ਲੋਕ ਵਿਸ਼ਵਾਸ ਅਜੇ ਵੀ ਚੱਲ ਰਹੇ ਹਨ ਰੁੱਖਾਂ ਦੀ ਵਿਲੱਖਣਤਾ ਜਾਣਨ ਦੀ ਭਾਵ ਇਹਨਾਂ ਦੀ ਮਹੱਤਵਤਾ ਸਾਨੂੰ ਜਾਣਨ ਦੀ ਲੋੜ ਹੈ ਪਿੱਪਲ ਦੇ ਰੁੱਖ ਨੂੰ ਬ੍ਰਹਮਾ ਰਿਸ਼ੀ ਸਮਝ ਕੇ ਪੂਜਾ ਵੀ ਕੀਤੀ ਜਾਂਦੀ ਹੈ ਲੱਕੜ ਨੂੰ ਸਾੜਨਾ ਮਾੜਾ ਸਮਝਿਆ ਜਾਂਦਾ ਹੈ ਛਿਲਕੇ ਨੂੰ ਰਗੜ ਕੇ ਬੱਚਿਆਂ ਦੇ ਫੋੜੇ ਤੇ ਫਿਣਸੀਆਂ ਤੇ ਲੇਪ ਕੀਤਾ ਜਾਂਦਾ ਹੈ ਇਸ ਦੀ ਹਵਾਈ ਦਾੜੀ ਕਈ ਔਸ਼ਧੀਆਂ ਵਿੱਚ ਵਰਤੀ ਜਾਂਦੀ ਹੈ ਠੀਕ ਹੈ ਦੇਖੋ ਇਹ ਜਿਹੜਾ ਪਿੱਪਲ ਦਾ ਰੁੱਖ ਆ ਕਹਿੰਦੀ ਇਹਨੂੰ ਇੱਕ ਤਾਂ ਬ੍ਰਹਮਾ ਦਾ ਰੂਪ ਸਮਝਿਆ ਜਾਂਦਾ ਇਹਦੀ ਲੱਕੜ ਨੂੰ ਸਾੜਨਾ ਬਿਲਕੁਲ ਅਸ਼ੁੱਭ ਸਮਝਿਆ ਜਾਂਦਾ ਆ ਤੇ ਜਿਹੜੇ ਇਹਦੇ ਛਿਲਕੇ ਨੇ ਉਹਨੂੰ ਰਗੜ ਕੇ ਬੱਚਿਆਂ ਦੇ ਫੋੜੀਆਂ ਫਿਣਸੀਆਂ ਤੇ ਲਗਾਏ ਜਾਂਦੇ ਹਨ ਪਪੀਸੀਆਂ ਤੇ ਬਾਟੇ ਫਲ ਦਵਾਈਆਂ ਦੇ ਕੰਮ ਆਉਂਦੇ ਹਨ ਹੁਣ ਵੀ ਮੰਦਰਾਂ ਵਿੱਚ ਪਿੱਪਲ ਦੇ ਤਣੇ ਦੁਆਰੇ ਕੱਪੜੇ ਤੇ ਧਾਗਿਆਂ ਨਾਲ ਲਪੇਟ ਕੇ ਕੀ ਕੀਤੀ ਜਾਂਦੀ ਹੈ ਇਸ ਪਿੱਪਲ ਦੇ ਰੁੱਖ ਦੀ ਪੂਜਾ ਕੀਤੀ ਜਾਂਦੀ ਹੈ ਰਾਤ ਵੇਲੇ ਦੀਵੇ ਵੀ ਜਗਾਏ ਜਾਂਦੇ ਹਨ ਪੰਛੀ ਆਪਣਾ ਵਾਸ ਭਾਵ ਇੱਥੇ ਰਹਿੰਦੇ ਹਨ ਪਿੱਪਲ ਦੀਆਂ ਜੜ੍ਹਾਂ ਮਿੱਟੀ ਨੂੰ ਕੀ ਆ ਖੋਰਨ ਤੋਂ ਬਚਾਉਂਦੀਆਂ ਹਨ ਅਤੇ ਸੁੱਕੇ ਝੜੇ ਪੱਤੇ ਜ਼ਮੀਨ ਨੂੰ ਕੀ ਕਰਦੇ ਨੇ ਉਪਜਾਊ ਬਣਾਉਣ ਵਿੱਚ ਕੀ ਕਰਦੇ ਨੇ ਬਹੁਤ ਜ਼ਿਆਦਾ ਮਦਦ ਕਰਦੇ ਨੇ ਆਧੁਨਿਕ ਵਿਗਿਆਨ ਆਧੁਨਿਕ ਹੁੰਦਾ ਅਜੋਕਾ ਜੋ ਕਿ ਅੱਜ ਦੇ ਸਮੇਂ ਦਾ ਟਾਈਮ ਹੈ ਠੀਕ ਹੈ ਵਿਗਿਆਨ ਨੇ ਇਹ ਖੋਜ ਕਰਕੇ ਸਿੱਧ ਕਰ ਦਿੱਤਾ ਹੈ ਕਿ ਪਿੱਪਲ ਇੱਕ ਅਜਿਹਾ ਵਿਚਿੱਤਰ ਰੁੱਖ ਹੈ ਵਿਚਿੱਤਰ ਕੀ ਹੁੰਦਾ ਅਨੋਖਾ ਜਾਂ ਅਦਭੁਤ ਜੋ ਕਿ ਰਾਤ ਵੇਲੇ ਕਾਰਬਨ ਡਾਈਆਕਸਾਈਡ ਦੀ ਥਾਂ ਕੀ ਕਰਦਾ ਹੈ ਵਧੇਰੇ ਮਾਤਰਾ ਵਿੱਚ ਆਕਸੀਜਨ ਛੱਡਦਾ ਹੈ ਇਸ ਦੇ ਥੱਲੇ ਸੋਣਾ ਕੀ ਹੈ ਬਹੁਤ ਹੀ ਜ਼ਿਆਦਾ ਗੁਣਕਾਰੀ ਭਾਵ ਲਾਭਦਾਇਕ ਹੈ ਮਹਾਤਮਾ ਬੁੱਧ ਨੂੰ ਇਸ ਰੁੱਖ ਥੱਲੇ ਗਿਆਨ ਹੋਣ ਦੀ ਕੀ ਕਹਿੰਦੇ ਘਟਨਾ ਕਰਕੇ ਬੋਧੀ ਰੁੱਖ ਇਸ ਨੂੰ ਕੀ ਕਿਹਾ ਜਾਂਦਾ ਹੈ ਇਸ ਨੂੰ ਵੱਢਣਾ ਪਾਪ ਵੀ ਸਮਝਿਆ ਜਾਂਦਾ ਹੈ ਇਸ ਕਰਕੇ ਰੁੱਖਾਂ ਦੀਆਂ ਰੂਹਾਂ ਨੂੰ ਦੇਵੀ ਦੇਵਤੀਆਂ ਸਮਝ ਕੇ ਇਸ ਦੀ ਕੀ ਕੀਤੀ ਜਾਂਦੀ ਹੈ ਉਪਾਸਨਾ ਭਾਵ ਪੂਜਾ ਕੀਤੀ ਜਾਂਦੀ ਹੈ ਅਸਲ ਵਿੱਚ ਸਿਆਣਿਆਂ ਨੇ ਰੁੱਖਾਂ ਦੀ ਮਹੱਤਤਾ ਤੇ ਸਾਫ਼ ਸੰਭਾਲ ਲਈ ਅਜਿਹੇ ਵਿਸ਼ਵਾਸ ਪੈਦਾ ਕੀਤੇ ਹਨ ਜੋ ਕਿ ਪੀੜ੍ਹੀ ਦਰ ਪੀੜ੍ਹੀ ਕੀ ਨੇ ਅੱਗੇ ਤੋਂ ਅੱਗੇ ਚੱਲਦੇ ਰਹੇ ਹਨ ਰੁੱਖ ਤੇ ਮਨੁੱਖ ਦੀ ਸਾਂਝ ਆਦਿ ਕਾਲ ਤੋਂ ਕੀ ਇਹ ਚੱਲੀ ਆ ਰਹੀ ਹੈ ਬੱਚੇ ਦੇਖੋ ਤੁਸੀਂ ਹੁਣ ਇਹ ਲੈਸਨ ਨੂੰ ਪੜ੍ਹਿਆ ਅਤੇ ਰੁੱਖਾਂ ਦੀ ਮਹੱਤਤਾ ਬਾਰੇ ਉਹਨਾਂ ਦੇ ਗੁਣਾਂ ਬਾਰੇ ਤੁਸੀਂ ਕੀ ਕੀਤਾ ਬਹੁਤ ਸਾਰੀ ਜਾਣਕਾਰੀ ਵੀ ਗ੍ਰਹਿਣ ਕੀਤੀ ਹੋਵੇਗੀ ਤੁਹਾਨੂੰ ਇਸ ਲੈਸਨ ਦੀ ਅਸਾਈਨਮੈਂਟ ਵੀ ਦਿੱਤੀ ਗਈ ਹੈ ਆਜੋ ਆਪਾਂ ਹੁਣ ਇਹਨਾਂ ਦੇ ਕੁਐਸਚਨ ਆਨਸਰ ਅਤੇ ਇਸ ਦਾ ਬਾਕੀ ਬੁੱਕ ਵਰਕ ਵੀ ਇੱਕ ਵਾਰ ਰੀਡ ਕਰਦੇ ਹਾਂ ਦੇਖੋ ਬੱਚੇ ਤੁਹਾਡੀ ਅਸਾਈਨਮੈਂਟ ਇਹਦੀ ਹੈ ਸ਼ਾਰਟ ਕੁਐਸਚਨ ਆਨਸਰ ਫਸਟ ਕੁਐਸਚਨ ਹੈ ਆਦਿ ਮਨੁੱਖ ਲਈ ਰੁੱਖ ਕਿਹੋ ਜਿਹੇ ਪ੍ਰਾਣੀ ਸਨ ਆਦਿ ਮਨੁੱਖ ਲਈ ਰੁੱਖ ਕੀ ਹੈ ਇੱਕ ਭੈਦਾਇਕ ਅਤੇ ਬਹੁਤ ਹੀ ਅਨੋਖੇ ਕਿਸਮ ਦੇ ਕੀ ਸੀ ਪ੍ਰਾਣੀ ਸਨ ਕਿਹੜੀ ਰੁੱਤ ਵਿੱਚ ਰੁੱਖ ਖਿੜ ਉੱਠਦੇ ਹਨ ਬਹਾਰ ਰੁੱਤ ਵਿੱਚ ਕਹਿੰਦੇ ਜਿਹੜੇ ਰੁੱਖ ਨੇ ਖਿੜ ਉੱਠਦੇ ਹਨ ਅਤੇ ਦੇਖਣ ਨੂੰ ਕੀ ਹੈ ਸਾਨੂੰ ਬਹੁਤ ਜ਼ਿਆਦਾ ਸੋਹਣੇ ਲੱਗਦੇ ਹਨ ਰੁੱਖਾਂ ਵਿੱਚ ਕਾਹਦਾ ਵਾਸਾ ਹੁੰਦਾ ਹੈ ਰੁੱਖਾਂ ਵਿੱਚ ਰੂਹਾਂ ਜਾਂ ਦੇਵਤਿਆਂ ਦਾ ਵਾਸਾ ਹੁੰਦਾ ਇਸ ਲਈ ਰੁੱਖਾਂ ਨੂੰ ਕੀ ਹੈ ਪੂਜਣਾ ਲੋਕਾਂ ਨੇ ਸ਼ੁਰੂ ਕਰ ਦਿੱਤਾ ਲੋਕ ਰਾਤ ਨੂੰ ਰੁੱਖਾਂ ਨੂੰ ਕਿਉਂ ਨਹੀਂ ਹਿਲਾਉਂਦੇ ਲੋਕੀ ਰਾਤ ਨੂੰ ਰੁੱਖਾਂ ਨੂੰ ਇਸ ਕਰਕੇ ਨਹੀਂ ਹਿਲਾਉਂਦੇ ਹਨ ਕਿਉਂਕਿ ਰੁੱਖਾਂ ਦੀਆਂ ਰੂਹਾਂ ਵਿੱਚ ਕੀ ਹੈ ਵਿਘਨ ਨਾ ਪੈ ਜਾਵੇ ਠੀਕ ਹੈ ਕਿਉਂਕਿ ਇਹਨੂੰ ਦੇਵੀ ਦੇਵਤਿਆਂ ਦਾ ਰੂਪ ਵੀ ਸਮਝਿਆ ਜਾਂਦਾ ਹੈ ਪੁਰਾਣੇ ਲੋਕ ਰੁੱਖ ਵੱਢਣ ਸਮੇਂ ਕੀ ਕਰਦੇ ਸਨ ਪੁਰਾਣੇ ਲੋਕ ਰੁੱਖਾਂ ਨੂੰ ਵੱਢਣ ਸਮੇਂ ਉਹਨਾਂ ਤੋਂ ਪਹਿਲਾਂ ਮੁਆਫੀ ਮੰਗਦੇ ਸੀ ਕੋਈ ਮੰਤਰ ਪੜ੍ਹਦੇ ਸੀ ਕੋਈ ਅਰਦਾਸ ਕਰਦੇ ਸਨ ਫਿਰ ਕੀ ਹੈ ਰੁੱਖਾਂ ਨੂੰ ਵੱਢਣਾ ਸ਼ੁਰੂ ਕਰਦੇ ਸਨ ਨਿੰਮ ਦੇ ਪੱਤਿਆਂ ਨੂੰ ਸੁਕਾ ਕੇ ਕਿੱਥੇ ਰੱਖਿਆ ਜਾਂਦਾ ਹੈ ਨਿੰਮ ਦੇ ਪੱਤਿਆਂ ਨੂੰ ਸੁਕਾ ਕੇ ਅਨਾਜ ਦੇ ਭਾਂਡਿਆਂ ਅਤੇ ਕੱਪੜਿਆਂ ਦੀ ਸਾਫ਼ ਸੰਭਾਲ ਲਈ ਕੀ ਕੀਤਾ ਜਾਂਦਾ ਹੈ ਬੱਚਿਓ ਟਰੰਕਾਂ ਵਿੱਚ ਜਾਂ ਸੰਦੂਕਾਂ ਵਿੱਚ ਰੱਖਿਆ ਜਾਂਦਾ ਹੈ
गायक अपनी आवाज रसीली कर ले की करते हाँ गायक अपनी आवाज रसीली कर ले की करते सी जो कि निम्ब के पत्ते होंगे सी बहुत ज्यादा गुणकारी होंगे सन उन्होंने की करते सन चबाते सन पीर की मजार नेड़े रुख अते लोग की लटकाते सन पीर की मजार के नेड़े चंपा के एक पुराने रुख उत्ते वंगा लटकाइया जांदियां सन पिपल के रुख नू की समझ के पूजा की जाती सी पिपल के रुख नू ब्रह्मा ऋषि समझ के उसकी पूजा की जाती सी किस रुख थले सोना गुणकारी है पिपल का जो रुख होंदा है उदे थले सोना बहुत गुणकारी होंदा है ये रात वेले कार्बन डाइऑक्साइड की थां की है बथेरी मात्रा विच गैस छड़दा है। बच्चों अगे लॉन्ग क्वेश्चन आंसर है फर्स्ट मनुख की सोच के हैरान होंदा है मनुख सोचता है कि एक निक्के जिहे बीज विचों वड आकारी रूख किवें पैदा हो जाता है मनुख हैरान होंदा है कि पतझड़ जां सियाल दे रुत्ते किवें सुकड़े हुए जो रुख होंदे ने झड़े हुए होंदे ने जो मुरझाए हुए होंदे ने बहार विच की है दुबारा तो खिड़ उठदे हन यह सब उसनू की है कुदरत दीआं करामातां ही लगदीआं हन। निम दे रुख विच की गुण होंदे हन निम दा रुख हवा नू की करदा है बहुत ही साफ करदा है ताजा करदा है शरीर की शुद्धता लई निम दे पत्तियां दा की है प्रयोग किया जाता इस दे पत्ते छिल अते नमूलियां दा रस लक्कड़ जो कि है औषधि भाव दवाई विज्ञान विच की है बहुत ही ज्यादा महत्वपूर्ण है। चंपा दे रुख बारे की विचार किया जाता है चंपा दे रुख विच रहण वाली जो रूहां होंदिया हन बहुत ही दयावान समझिया जांदिया हन इस रुख ते वंगा लटकाइया जांदिया हन बच्चे दी की है मापे सुख मंगदे हन लोकां दी ए आस्था सी कि चंपा दा रुख पीर कोल वंगा खो के अपनिया टहणियां नू की करता है पहना दिंदा है। महात्मा बुद्ध नूं किस रुख थले ज्ञान प्राप्त होया सी महात्मा बुद्ध नूं पिपल दे रुख थले ज्ञान प्राप्त होया सी ए रुख उस नूं बोधी रुख समझ के पूजिया जांदा सी इस रुख नूं वड्ढना की ए लोकी पाप समझदे हन सियाणियां द्वारा रुखां प्रति विश्वास क्यों पीता पैदा किए गए हन ए कदों तों चले आ रहे हन सियाणियां ने यह रुखां दी महत्ता अते साभ संभाल लई अजिहे विश्वास पैदा किए हुए हन जो कि पीढ़ी दर पीढ़ी अगे ही चलते जा रहे हन रुख ते मनुख दी सांझ की आदकाल तो भाव शुरू तो ही है। अगे है वाक पैदायक कल रात मैं पैदायक एक सुपना देखा भाव एक डरावना सुपना देखा प्रकृति प्रकृति होंगी है कुदरत मेनू प्रकृति नाल की है बहुत ही ज्यादा प्यार है विघन कोई अर्चक पाना सीता दे ब्याह विच कोई ना कोई विघन पैदा रिहा अरदास मैं पाठ करन मगरों सरबत दे भले दी अरदास कीती किरदार राम लीला विच श्री राम जी दा किरदार की सी बहुत ही ज्यादा वधिया सी। बीमारियां कैंसर मलेरिया वर्गियां बीमारियां दा कहंदे इलाज की है संभव है विज्ञान कल्पना चावला ने विज्ञान दे खेत्र विच बहुत आधुनिक काढ़ा कढ़िया। रसीली कोयल दी आवाज बहुत ही रसीली हुंदी है सियाणप इमली दे रुख थले सोना कहंदे इक सियाणप भाव समझदारी समझिया जांदा है आस्था आस्था परमात्मा दा की है दूजा रूप है। आधुनिक विज्ञान दे खेत्र विच कल्पना ने की कीतियां बहुत सारियां काढ़ां कढ़ियां। अगे है बच्चे एमसीक्यूज पुराने लोग रुख नूं वड्ढण समय की करदे सन अरदास जां मंत्र पढ़ते सन शरीर की शुद्धता लई किस रुख दे पत्तियां दा प्रयोग किया जांदा है निम दे पत्तियां दा पुराने समयां विच डैश दा रुख लोकां दा मनपसंद दा रुख सी केड़ा इमली दा चंपा दे रुख विच रहण वालियां रूहां की समझियां जांदियां सन बहुत ही दयावान रुखां दे डैश जानण दी लोड़ है विलखणता पपीसियां ते बाटे फल कादे विच कम आउंदे हन दवाइयां विच कम आउंदे हन किस रुख दी लक्कड़ नूं साड़ना माड़ा समझा जांदा है पिपल दी रुख लक्कड़ नूं केड़ा रुख रात वेले आक्सीजन गैस छड़दा है पिपल दा रुख रात वेले आक्सीजन गैस छड़दा है रुखां दीआं रूहां नूं की समझ के उहनां दी उपासना कीती जांदी है देवी जां देवते रुखां ते मनुख दी साझ कदों तों चली आ रही है आदकाल तों। अगे है ब्लैंक्स आदि मनुख लई रुख पैदायक अते डैश प्राणी सन की अनोखे रात नूं रुख बूटियां नूं डैश नहीं चाहीदा छेड़ना शरीर की शुद्धता लई डैश दे पत्तियां दा प्रयोग किया जांदा है निम दे पत्तियां दा निम दे रुख विच डैश दा वासा मन्निया जांदा है देवतियां दा इमली दे रुख थले सोना डैश नहीं समझिया जांदा सियाणप चंपा दा रुख डैश कोल वंगा खो के अपनियां टाणियां नूं पहना दिंदा है किनू पीर नूं
पिपल दी लकड़ नू साड़ना डैश समझिया जांदा है माड़ा। रुखा डैश जानण दी लोड़ है रुखा दी विलक्खणता। पिपल दीआं जड़ां मिट्टी नू डैश तों बचाउंदीआं हन खोरन तों। पिपल दे रुख थल्ले सौणा डैश है गुणकारी। अगे है ठीक गलत। रात नू रुख बूटियां नू छेड़ना चाहीदा ठीक है। हर रुख दा इक खास किरदार जां गुण नहीं हुंदा गलत। निम दा रुख हवा साफ करन वाला रुख है ठीक। इमली दे रुख थल्ले सौणा सियाणप नहीं समझिया जांदा ठीक। पिपल दी लकड़ नू साड़ना चंगा समझिया जांदा है गलत। पिपल दे रुख कोल रात नू दीवे जगाए जांदे हन ठीक। पिपल रात वेले कार्बन डाइआक्साइड छड्दा है गलत। पिपल दे रुख नू बोधी रुख भी कहा जांदा है ठीक। सियाणिआं ने लोकां नू डराउण लई रुखां प्रति वख वख विश्वास पैदा किते हन गलत है। रुख अते मनुख दी साझ आदकाल तों चली आ रही है ठीक। बच्चों आपां इह लैसन पढ़िया अते तुसीं इस लैसन तों बहुत सारी सिक्ख्या भी प्राप्त कीती है। तुसीं हुण घर बहि के इस लैसन चंगी तरह तैयार करना है। थैंक्स। हैव अ नाइस डे।